ਮੇਰੇ ਹਜ਼ੂਰ ਫਰਮਾਉਂਦੇ ਨੇ ਮੂਮਨ ਤੇ ਮੁਨਾਫਕ ਵਿੱਚ ਵੰਡ ਕਰਨੀ ਹੋਵੇ ਉੱਥੇ ਮੇਰੇ ਵੀਰ ਅਲੀ ਦੀ ਗੱਲ ਕਰਿਆ ਸ਼ਾਹ ਮਰਦਾ ਜਿੰਦੇ ਖੂਚ ਕਰਮੀ ਹੈ ਅੱਲਾ ਦਾ ਪਿਆਰਾ ਹੋ ਕੇ ਨਾਮੇ ਅਲੀ ਤੇ ਇੱਕ ਵਾਰੀ ਹੱਥ ਚੁੱਕ ਕੇ ਬੋਲੇ ਸ਼ਾਹ ਮਰਦਾ ਤੂੰ ਮੇਰੇ ਸਵਾਲ ਦਾ ਜਵਾਬ ਦੇਣਾ ਫਿਰ ਨਮਾਜ਼ ਪੜ੍ਹਨਾ ਉਹਦੇ ਦਿਨ ਚ ਖਿਆਲ ਸੀ ਮੈਂ ਅਲੀ ਨੂੰ ਸਵਾਲ ਪੁੱਛਾਂਗਾ ਅਲੀ ਸਵਾਲ ਚੁਲ ਜਾਏਗਾ ਨਮਾਜ਼ ਰਹਿ ਜਾਏਗੀ ਜਿਹਨਾਂ ਨੂੰ ਪੜ੍ਹਾਇਆ ਮੁਸਤਫਾ ਨੇ ਹੋਵੇ ਉਹਨਾਂ ਦੀਆਂ ਨਮਾਜ਼ਾਂ ਨਹੀਂ ਰਹਿੰਦੀਆਂ ਆਹ ਤੁਸੀਂ ਪਿੰਡ ਵਾਲਿਓ ਘਰ ਬਣਾਇਆ ਏ ਇਹ ਬਣਾਉਣਾ ਮਕਸੂਦ ਨਹੀਂ ਇਹਨੂੰ ਆਬਾਦ ਕਰਨਾ ਮਕਸੂਦ ਏ ਮੈਂ ਸਾਰੇ ਪੂਰੇ ਪਿੰਡ ਵਾਲੇ ਦੀ ਹੱਥ ਜੋੜ ਕੇ ਮਿੰਨਤ ਕਰਨਾ ਜੇ ਬਣਾਇਆ ਜੇ ਤੇ ਇਹਨੂੰ ਵਸਾਉਣਾ ਵੀ ਤੁਹਾਡੀ ਜ਼ਿੰਮੇਵਾਰੀ ਹੈ ਮੇਰੇ ਮੌਲਾ ਫਰਮਾਣਗੇ ਤੇਰਾ ਸਵਾਲ ਕੀ ਹੈ ਉਹਨੇ ਅਰਜ਼ ਕੀਤੀ ਅਲੀ ਦੱਸੋ ਕਿਹੜੇ ਜਾਨਵਰ ਬੱਚੇ ਦਿੰਦੇ ਨੇ ਕਿਹੜੇ ਜਾਨਵਰ ਆਂਡੇ ਦਿੰਦੇ ਨੇ ਉਹਦੇ ਜ਼ਿਹਨ 'ਚ ਖਿਆਲ ਸੀ ਅਲੀ ਸਵਾਲ ਚੁੱਲ ਜਾਏਗਾ ਨਮਾਜ਼ ਰਹਿ ਜਾਏਗੀ ਮੇਰੇ ਮੌਲਾ ਫਰਮਾਣਗੇ ਕੀ ਪੁੱਛਿਆ ਉਹਨੇ ਕਿਹਾ ਅਲੀ ਦੱਸੋ ਕਿਹੜੇ ਜਾਨਵਰ ਬੱਚੇ ਦਿੰਦੇ ਨੇ ਕਿਹੜੇ ਜਾਨਵਰ ਆਂਡੇ ਦਿੰਦੇ ਨੇ ਆਹ ਫਰਮਾਣਗੇ ਜਿਨ੍ਹਾਂ ਦੇ ਕੰਨ ਬਾਹਰ ਹੁੰਦੇ ਨੇ ਉਹ ਬੱਚੇ ਦਿੰਦੇ ਨੇ ਜਿਨ੍ਹਾਂ ਦੇ ਕੰਨ ਅੰਦਰ ਹੁੰਦੇ ਨੇ ਉਹ ਆਂਡੇ ਦਿੰਦੇ ਨੇ ਤੂੰ ਲਿਸਟ ਬਣਾ ਲੈ ਮੈਂ ਜ਼ਰਾ ਨਮਾਜ਼ ਪੜ੍ਹਿਆ ਵਾ ਹੁਣ ਵੀ ਨਹੀਂ ਹੱਥ ਚੁੱਕ ਕੇ ਬੋਲੇਗਾ ਉੱਚੀ ਜ਼ਾਤ ਅਲੀ ਦੀ ਏ ਅਲੀ ਅਲੀ ਉੱਚੀ ਜ਼ਾਤ ਅਲੀ ਦੀ ਅਲੀ ਅਲੀ ਹਕ ਅਲੀ ਉੱਚੀ ਜ਼ਾਤ ਅਲੀ ਦੀ ਅਲੀ ਵਾਲਾ ਅਲੀ ਵਾਲਾ ਉੱਚੀ ਜ਼ਾਤ ਅਲੀ ਦੀ ਅਲੀ 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 ਉੱਚੀ ਜ਼ਾਤ ਅਲੀ ਦੀ ਅਲੀ ਜਿੰਦਗੀ ਕੀ ਸੇਹਰੀ ਨਾ 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 ਅਲੀ ਜੀ ਭਾਈ ਆ ਜ਼ਫਰ ਭਾਈ ਖੁਦ ਵੀ ਨਕੀਬ ਨੇ ਤੇ ਮੈਨੂੰ ਫਰਮਾਇਸ਼ ਬਾਰ ਬਾਰ ਕਰ ਰਹੇ ਨੇ ਉਹ ਗੱਲ ਕਰੀਏ ਮੈਦਾਨ ਦੇ ਵਿੱਚ ਬਹਿ ਕੇ ਘਰ ਅੱਗੇ ਚੂਹਾ ਵੀ ਸ਼ੇਰ ਹੁੰਦਾ ਜਿਨਸਾਂ ਜਿਨਸਾਂ ਵਿੱਚ ਫਰਕ ਹੁੰਦਾ ਅੰਬ ਅੰਬ ਹੁੰਦਾ ਬੇਰ ਬੇਰ ਹੁੰਦਾ ਗਿੱਦੜ ਖੁੱਲਾ ਵੀ ਰਵੇ ਤੇ ਰਵੇ ਗਿੱਦੜ ਸ਼ੇਰ ਪਿੰਜਰੇ ਦੇ ਅੰਦਰ ਵੀ ਸ਼ੇਰ ਹੁੰਦਾ ਅਜਮਲ ਮੌਲਾ ਅਲੀ ਦਾ ਮਾਰ ਨਾਰਾ ਕਦੀ ਮੁਸ਼ਕਲਾਂ ਵਿੱਚ ਨਹੀਂ ਦੇਰ ਉੱਚੀ ਜ਼ਾਤ ਅਲੀ ਦੀ ਏ ਅਲੀ ਅਲੀ ਉੱਚੀ ਜ਼ਾਤ ਅਲੀ ਅਲੀ ਹਕ ਅਲੀ ਉੱਚੀ ਜ਼ਾਤ ਅਲੀ ਦੀ ਅਲੀ ਅਲੀ ਹਕ ਅਲੀ ਉੱਚੀ ਜ਼ਾਤ ਅਲੀ ਦੀ ਏ ਕਾਇਨਾਤ ਅਲੀ ਦੀ ਸਭ ਕਹਿ ਰਹੇ ਨੇ ਇਹੀ ਸ਼ੇਰ ਫਿਰ ਇੱਕ ਵਾਰੀ ਕਹਿ ਦਿਓ ਗੱਲ ਕਰੀਏ ਮੈਦਾਨ ਦੇ ਵਿੱਚ ਬਹਿ ਕੇ ਘਰ ਅੱਗੇ ਚੂਹਾ ਵੀ ਸ਼ੇਰ ਹੁੰਦਾ ਜਿਨਸਾਂ ਜਿਨਸਾਂ ਵਿੱਚ ਫਰਕ ਹੁੰਦਾ ਅੰਬ ਅੰਬ ਹੁੰਦਾ ਬੇਰ ਬੇਰ ਹੁੰਦਾ ਗਿੱਦੜ ਖੁੱਲਾ ਵੀ ਰਵੇ ਤੇ ਰਵੇ ਗਿੱਦੜ ਸ਼ੇਰ ਪਿੰਜਰੇ ਦੇ ਅੰਦਰ ਵੀ ਸ਼ੇਰ ਹੁੰਦਾ ਅਜਮਲ ਮੌਲਾ ਅਲੀ ਦਾ ਮਾਰ ਨਾਰਾ ਕਦੀ ਮੁਸ਼ਕਲਾਂ ਵਿੱਚ ਨਹੀਂ ਢੇਰ ਹੁੰਦਾ ਅਲੀ ਹੱਕ ਅਲੀ ਸੱਚ ਸਾਰੇ ਬੋਲੋ ਸਾਰੇ ਬੋਲੋ ਸਾਰੇ ਬੋਲੋ ਅਲੀ ਸੱਚ ਅਲੀ ਹੱਕ 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 ਮੈਂ ਮਾਈਕ ਛੱਡਣ ਲੱਗਾ ਅਲੀ ਹੱਕ ਮੈਂ ਮਾਈਕ ਕਾਰੀ ਸਾਹਿਬ ਨੂੰ ਦੇਣ ਲੱਗਾ ਮੈਂ ਤੁਹਾਡੇ ਸ਼ੌਕ ਨੂੰ ਸਲਾਮ ਕਰਨਾ ਤੁਹਾਡੇ ਮਾਂ ਬਾਪ ਨੂੰ ਵੀ ਸਲਾਮ ਕਰਨਾ ਜਿਨ੍ਹੇ ਹਲਾਲੀ ਪੁੱਤਰ ਪੈਦਾ ਕੀਤੇ ਨੇ ਜਿਹੜੇ ਅਲੀ ਦੇ ਨਾਮ ਤੇ ਹੱਥ ਚੁੱਕ ਕੇ ਬੋਲਦੇ ਨੇ ਅਲੀ ਸੱਚ ਅਲੀ ਹੱਕ ਅਲੀ ਸੱਚ ਅਲੀ ਹੱਕ ਸਾਰੇ ਬੋਲੋ ਸਾਰੇ ਬੋਲੋ ਅਲੀ ਸੱਚ ਅਲੀ ਹੱਕ ਅਲੀ ਸੱਚ ਅਲੀ ਹੱਕ ਅਲੀ ਸੱਚ ਅਲੀ ਹੱਕ ਜੀਣਾ ਝੂਠ ਜੀਣਾ ਝੂਠ ਜੀਣਾ ਝੂਠ ਮਰਨਾ ਸੱਚ ਅਲੀ ਹੱਕ ਅਲੀ ਸੱਚ ਅਲੀ ਹੱਕ ਅਲੀ ਸੱਚ ਅਲੀ ਹੱਕ ਅਦਨਾਨ ਭਾਈ ਠਹਿਰੀ ਕੋਈ ਐਮ ਪੀ ਐਮ ਐਲ ਏ
उन्दे जलसिया च हाथ चुक चुके नारे मार दियो ताकि वो राजी हो जाए। तुसी बंदे नू बंदे दे नारे मार सकते हो कि नामे अली राजी करने वास्ते हाथ चुक के नहीं कह सकते अली हक अली सच 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 बदलाती है ये काबे में मौजूद चराने अली हक अली सच अली हक अली सच एक जुमला और याला जरा गोडियां तो हाथ चुक के बोले उन्दे गोडियां कदी दर्द ना होवे ऐसे नाम दा सदका अली हक अली सच 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 सदनान भाई सदनान भाई मेरा आखिरी जुमला है। ये जुमला फेसबुक ते टिकटॉक ते बड़ा मशहूर है कोई माने या नहीं कई बंदे हाथ चुक दिया शर्मांदे ने यार चुकांगा मैं तो चौधरी है मेरी कट जाएगी अली दे नाम ते हाथ चुके हैं जे कटे ते मैं जिम्मेदार वध दी वेखी है कट दी नहीं वेखी मैं तबीयत चेक करनी है मेरे जुमले ते पहरा देना कोई माने अली अली तब भी अली है कोई ना माने अली अली तब भी अली है तेरे मानने से अली बढ़ता नहीं तेरे ना मानने से अली घटता नहीं सारी दुनिया अली को छोड़ दे अली का जाता कुछ नहीं जिसे अली छोड़ दे उसका रहता कुछ नहीं अली हक अली सच 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 साबे लाजत है अली हक अली सच 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 साबे लाजत है बस जिद शहादत अली वर्ग की से अली वर्ग की से अली हक अली सच अली हक अली सच अली हक अली सच अली हक अली सच अली हक बहुत शुक्रिया गुलाम अब्बास साहब कह रहे ने पूरी कमेटी वालों ये अगले साल यही महफिल 15 अक्टूबर वाले दिन होवेगी जे चांदे हो के जिंदगी रब दवे ते अगले साल भी मैं इत्थे बह के यही गल कवां अज हाथ चुक के अली हक अली सच 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 मैनू कसम कुरान मजीद दिए अली हक भाई अल्लाह दे हरफ चार मोहम्मद दे हरफ चार रसूल दे हरफ चार बतूल दे हरफ चार मौला दे हरफ चार अस्कर दे हरफ चार अकबर दे हरफ चार मूसा दे हरफ चार कलीम दे हरफ चार अब्बास दे हरफ चार मशरक दे हरफ चार मगरब दे हरफ चार शुमाल दे हरफ चार जुनूब दे हरफ चार शर्मा दे हरफ चार गर्मा दे हरफ चार खिजां दे हरफ चार बहार दे हरफ चार अब्बास दे हरफ चार उमरा दे हरफ चार खिताब दे हरफ चार कोने दे काबे दे कोने चार तेरे मेरे दिल दे खाने चार अल्लाह दी मौत पर किताबा चार अल्लाह दे मौत पर फिश्ते चार मेरे आका दी बेटियां भी चार मेरे आका दे यार भी चार या अल्लाह जड़ा उठ के लावे नारा आज कर दे उंदा बेड़ा पार अली हक अली सच 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 अली हक सच अली हक अली सच अली हक अली सच अली हक बहुत शुक्रिया सच अली वर्ग जमाने ते कोई पीर दिखा मैनो बड़ी मेहरबानी कोई है दीवाना पंडाल विच जड़ा नारा लावे लाओ नारा अदनान भाई इंशाल्लाह
ਇਧਰੋਂ ਪਤਾ ਲੱਗਦਾ ਹੈ ਕਿ ਮਹਿਫਿਲ ਮਦੀਨੇ ਪਹੁੰਚ ਗਈ ਹੈ ਕਿ ਇੱਧਰ ਪਾਸੇ ਵਾਲੇ ਵੀ ਮਦੀਨੇ ਬੈਠੇ ਨੇ, ਕਰਾਚੀ ਦੇ ਏਅਰਪੋਰਟ ਤੇ ਬੈਠੇ ਨੇ। ਹੁਣ ਤੁਸੀਂ ਨਾਰਾ ਲਾ ਕੇ ਦੱਸਣਾ ਤੇ ਅਗਲੀਆਂ ਸੀਟਾਂ ਵਾਲੇ ਵੀ ਬੈਠੇ ਨੇ ਕਿ ਨਹੀਂ ਬੈਠੇ, ਲਾਓ ਨਾਰਾ। ਯਾ ਅੱਲਾ ਗਵਾਹ ਹੋ ਜਾ, ਜਿਹੜਾ ਇਸ ਵੇਲੇ ਤੇਰਾ ਕਰਮ ਮੰਗਦਾ ਹੈ ਅੱਜ ਮੈਂ ਵਿੱਚੋਂ ਖਾਲੀ ਨਾ ਜਾਣ ਦੇਈ, ਸਾਨੂੰ ਵਾਸਤੇ ਨੂੰ ਵਾਸਤੇ ਨਬੀ ਦੇ ਚਿਹਰੇ ਦਾ। ਜਿਹੜਾ ਹੁਣ ਨਾਰਾ ਲਾਵੇ ਉਹਦੇ ਚਿਹਰੇ ਤੇ ਇੰਨਾ ਨੂਰ ਆਵੇ, ਕੱਲ ਪਿੰਡ ਦੀ ਗਲੀ ਚੋਂ ਲੰਘੇ ਲੋਕ ਚਿਹਰਾ ਵੇਖ ਕੇ ਪਛਾਣ ਜਾਣ ਔਰ ਨਬੀ ਦਾ ਨੌਕਰ ਜਾ ਰਿਹਾ ਹੈ। ਨਾਰਾ ਤਕਬੀਰ, ਨਾਰਾ ਰਿਸਾਲਤ, ਨਾਰਾ ਤਹਿਕੀਕ, ਬੋਲੋ ਹੱਕ ਚਾਰ ਯਾਰ, ਨਾਰਾ ਤਹਿਕੀਕ, ਨਾਰਾ ਹੈਦਰੀ, ਨਾਰਾ ਹੈਦਰੀ, ਅੱਲਾ ਮੁਹੰਮਦ ਚਾਰ ਯਾਰ, ਹਾਜੀ ਖਵਾਜਾ ਕੁਤਬ ਫਰੀਦ। ਹਾਜ਼ਰੀਨ ਗ੍ਰਾਮੀ ਗ੍ਰਾਮੀ ਇੱਜ਼ਤ ਮਾਪ, ਬਹੁਤ ਸ਼ੁਕਰੀਆ ਸਟੇਜ ਪਰ ਆਪ, ਬਹੁਤ ਸ਼ੁਕਰੀਆ ਆਪ ਨੇ ਮੇਰਾ ਸਾਥ ਦਿਆ। ਅੱਲਾ ਮੇਰੇ ਨਾਲ ਹੀ ਮਦੀਨੇ ਲੈ ਜਾਏ, ਆਮੀਨ। ਤੇ ਤੁਹਾਡੇ ਨਾਲ ਕਤਰੇ ਕੇ ਮੁਕੱਦਰ, ਕਤਰੇ ਕੇ ਮੁਕੱਦਰ ਮੇ ਸਮੁੰਦਰ ਨਹੀਂ ਆਇਆ। ਸ਼ਕੀਲ ਸਾਹਿਬ ਬੋਲੋ 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 ਬੋਲੋ, ਸਖੀ ਸਰਦਾਰ ਕਲੰਦਰ, ਬਾਬਾ ਜੀ ਦਾ ਜ਼ੌਕ ਵੇਖ ਲਓ ਤੇ ਆਪਣੀ ਆਵਾਜ਼ ਵੇਖ ਲਓ, ਇੱਕ ਵਾਰੀ ਫੇਰ ਮਾਰੋ ਨਾਰਾ, ਬੋਲੋ ਬੋਲੋ ਬੋਲੋ, ਸਖੀ ਸਰਦਾਰ ਕਲੰਦਰ। ਚੰਗੀ ਮੰਦੀ ਸੱਜਣਾ ਕੋਲੋਂ ਸਹਿਵਾਰੀ ਹੋ ਜਾਂਦੀ, ਹਾਂਜੀ ਦਰ ਦਰ ਸੇ ਜੋ ਮਾਂਗੇ ਵੋ ਤਵੰਗਰ ਨਹੀਂ ਹੋਤਾ, ਹਰ ਸਾਹਿਬ ਸਰਵਰ ਸਿਕੰਦਰ ਨਹੀਂ ਹੋਤਾ, ਹਾਕਿਮ ਤੋ ਯੇ ਕਹਿਤਾ ਹੈ ਕਿ ਦੌਲਤ ਕਾ ਪੁਜਾਰੀ ਜੈਸਾ ਵੀ ਹੋ ਲੇਕਿਨ ਵੋ ਕਲੰਦਰ ਨਹੀਂ ਹੋਤਾ। ਕਾਰੀ ਸ਼ਾਹਦ ਮਹਿਮੂਦ ਕਾਦਰੀ ਸਾਹਿਬ ਸੁਮਾ ਅਲਹਮਦੁਲਿਲਾ, ਆਪ ਦੋਸਤ ਜੋ ਪਿੱਛੇ ਪਿੱਛੇ ਖੜੇ ਹੈ ਕਰੀਬ ਆ ਜਾਏ ਤਾਂ ਕਿ ਜ਼ੌਕ ਸੇ ਬੈਠ ਜਾਏ। ਅਬ ਮਹਿਫਿਲ ਅਰੂਜ ਪਰ ਪਹੁੰਚੀ ਹੈ ਔਰ ਮਜ਼ੀਦ ਮਹਿਫਿਲ ਕੋ ਅਰੂਜ ਦੇਣੇ ਕੇ ਲੀਏ ਸ਼ਹਿਰ ਸਾਹਿਬਾਲ ਕੀ ਆਲਮੀ ਸ਼ੋਹਰਤ ਕੀ ਹਾਮਿਲ ਸ਼ਖਸੀਅਤ ਕਿਸੀ ਤਾਰਫ ਔਰ ਹਵਾਲੇ ਕੇ ਮੁਤਾਜ ਨਹੀਂ, ਅਲਹਾਜ ਕਾਰੀ ਸ਼ਾਹ ਮਹਿਮੂਦ ਕਾਦਰੀ ਸਾਹਿਬ, ਆਪ ਬੜੀ ਮੁਹੱਬਤ ਕੇ ਸਾਥ ਖਸੂਸੀ ਦਾਵਤ ਪਰ ਮਹਿਫਿਲ ਮੇ ਤਸ਼ਰੀਫ ਲਾਏ। ਜਿਤਨੇ ਰਜਿਸਟਰ ਸ਼ਗੀਦ ਨੇ ਉਹਨਾਂ ਨੂੰ ਮਾਇਕ ਦੇ ਦਿਓ ਜੀ। ਬਿਸਮਿਲ੍ਲਾ ਹਸਨ ਭਈਆ ਇੱਧਰ ਆ ਜਾਓ, ਬੈਠੋ, ਤਸ਼ਰੀਫ ਰੱਖੋ ਸਾਰੇ ਦੋ, ਬੇਟੇ ਬੱਚਾ ਪਿੱਛੇ ਹੋ ਜਾਓ। ਮੈਂ ਆਪਣੇ ਵੱਲੋਂ ਬਾਈ ਪੂਰੀ ਇੰਤਜ਼ਾਮੀਆ ਦਾ ਸ਼ੁਕਰ ਗੁਜ਼ਾਰ ਵੀ ਹਾਂ, ਪੂਰੀ ਕਮੇਟੀ ਵਾਲਿਆਂ ਦੇ ਨਾਮਾਂ ਨੂੰ ਤੋਂ ਮੈਨੂੰ ਵਾਕਫੀਅਤ ਨਹੀਂ, ਲੇਕਿਨ ਮੇਰੀ ਦੁਆ ਅੱਲਾ ਸਾਰੀ ਕਮੇਟੀ ਨੂੰ ਸਲਾਮਤ ਰੱਖੇ ਕਿ ਹਰ ਸਾਲ ਆਕਾ ਦੀ ਮਹਿਫਿਲ 5-15 ਅਕਤੂਬਰ ਨੂੰ ਉਹਨਾਂ ਨੇ ਕਿਰਾਨ ਦਾ ਜ਼ੇਨ ਬਣਾਇਆ ਹੈ। ਅੱਲਾ ਇਹਨਾਂ ਨੂੰ ਤੌਫੀਕ ਦੇਵੇ, ਹਰ ਸਾਲ ਇਹ ਮਹਿਫਿਲ ਸਜਦੀ ਰਹੇ, ਆਕਾ ਦੇ ਨੌਕਰ ਆਉਂਦੇ ਰਹਿਣ। ਯਾਰ ਜ਼ਿੰਦਾ ਸੋਬਤ ਬਾਕੀ, ਬਹੁਤ ਸ਼ੁਕਰੀਆ, ਅੱਲਾ ਸਾਡਾ ਆਉਣਾ ਕਬੂਲ ਫਰਮਾਏ। ਕਾਰੀ ਸਾਹਿਬ ਆਪਣੀ ਹਾਜ਼ਰੀ, ਹੁਣ ਜਿੱਥੇ ਮਹਿਫਿਲ ਮੈਂ ਛੱਡੀ ਹੈ ਨਾ, ਕਾਰੀ ਸਾਹਿਬ ਨੇ ਉੱਥੋਂ ਉੱਥੇ ਲੈ ਜਾਣੀ ਹੈ। ਜਾਣੀ ਹੈ ਕਿ ਨਹੀਂ ਜਾਣੀ? ਪਰ ਤੁਸੀਂ ਇੱਕ ਵਾਰੀ ਹੱਥ ਚੁੱਕ ਕੇ ਦੱਸੋ ਕਿ ਅਸੀਂ ਤੁਹਾਡੇ ਨਾਲ ਮਦੀਨੇ ਜਾਣਾ ਹੈ। ਜਿਹਨੇ ਘਰ ਜਾਣਾ ਹੱਥ ਨਾ ਚੁੱਕੇ, ਜਿਹਨੇ ਮਦੀਨੇ ਜਾਣਾ ਜ਼ਰਾ ਹੱਥ ਚੁੱਕ ਕੇ ਮਿਲ ਕੇ ਮੇਰੇ ਵੀਰ ਦੇ ਨਾਲ ਨਾਰਾ ਫਿਰ ਇੱਕ ਵਾਰੀ ਦੀਵਾਨਾ ਨਾਰਾ ਲਾਓ। ਯਾ ਅੱਲਾ ਜਿਹੜਾ ਨਾਰਾ ਲਾਵੇ ਮਦੀਨੇ ਦਾ ਬੁਲਾਵਾ ਤੇ ਜਦੋਂ ਵੀ ਆਉਣਾ ਆਉਣਾ ਹੈ, ਜਿਹੜਾ ਨਾਰਾ ਲਾਵੇ ਉਹ ਅੱਜ ਰਾਤ ਘਰ ਜਾਵੇ, ਅੱਖ ਲੱਗੇ ਉਹਨੂੰ ਕਮਲੀ ਵਾਲੇ ਦੀ ਜ਼ਿਆਰਤ ਹੀ ਹੋ ਜਾਏ।